ओम नमो शिवाय। श्री शिव पुराण अध्याय 28। ब्रह्मा जी ने कहा, हे नारद, उस समय हिमाचल दे पंडित ने आके लगन दा मुहूर्त दस्या। तद मैं अते विष्णु जी शिव जी नू नाल लैके हिमाचल दे घर पुज्जे। भगवान सदा शिव दे उस समय दे स्वरूप दा वर्णन नहीं कीता जा सकदा। ਉਹਨਾਂ ਦਾ ਸਾਰਾ ਸਰੀਰ ਕਪੂਰ ਅਤੇ ਕੁੰਦ ਦੇ ਫੁੱਲਾਂ ਦੀ ਤਰ੍ਹਾਂ ਗੋਰਾ ਚਿੱਟਾ ਸੀ। ਉਹ ਸਿਰ ਤੋਂ ਪੈਰ ਤੱਕ ਕੱਪੜੇ ਅਤੇ ਗਹਿਣਿਆਂ ਨਾਲ ਸੱਜੇ ਸਨ ਅਤੇ ਮੱਥੇ 'ਤੇ ਮੋਰ ਰੱਖੇ ਹੋਏ ਸਨ। ਜਿਸ ਬਲਦ 'ਤੇ ਉਹ ਸਵਾਰ ਸਨ, ਉਹਨਾਂ ਦੀ ਸੁੰਦਰਤਾ ਅਤੇ ਸ਼ਿੰਗਾਰ ਦਾ ਵੀ ਵਰਣਨ ਨਹੀਂ ਕੀਤਾ ਜਾ ਸਕਦਾ। ਜਦ ਸ਼ਿਵ ਜੀ ਘਰ ਦੇ ਅੰਦਰ ਪੁੱਜੇ, ਤਦ ਉਹਨਾਂ ਵੱਲੋਂ ਮੈਂ ਅਤੇ ਹਿਮਾਚਲ ਵੱਲੋਂ ਪੁਰੋਹਿਤ ਨੇ ਮਿਲ ਕੇ ਸਭ ਰੀਤੀਆਂ ਪੂਰੀਆਂ ਕੀਤੀਆਂ। ਹਿਮਾਚਲ ਨੇ ਸ਼ਿਵ ਜੀ ਨੂੰ ਸਦੁਪਰਖ ਨਾਲ ਅਦਕ ਦਿੱਤਾ ਅਤੇ 2 ਕੱਪੜੇ ਭੇਟ ਕੀਤੇ। ਉਸ ਤੋਂ ਬਾਅਦ ਮੈਂ ਥਾਂ 'ਤੇ ਗਿਰਜਾ ਨੂੰ ਬੁਲਾਇਆ। ਹੇ ਨਾਰਦ, ਗਿਰਜਾ ਦੇ ਆਉਣ ਜਾਣ 'ਤੇ ਪੁਰੋਹਿਤ ਨੇ ਹਵਨ ਕੀਤਾ। ਉਸ ਤੋਂ ਬਾਅਦ ਅੱਗ ਨੂੰ ਗਵਾਹ ਮੰਨ ਕੇ ਹਿਮਾਚਲ ਨੇ ਕੰਨਿਆਦਾਨ ਕੀਤਾ। ਜਿਸ ਸਮੇਂ ਸ਼ਿਵ ਜੀ ਨੇ ਗਿਰਜਾ ਦੇ ਹੱਥ ਨੂੰ ਆਪਣੇ ਹੱਥ ਨਾਲ ਫੜਿਆ, ਉਸ ਸਮੇਂ ਸਭ ਲੋਕ ਬਹੁਤ ਖੁਸ਼ ਹੋ ਗਏ। ਹਿਮਾਚਲ ਦੇ ਘਰਦਿਆਂ ਨੇ ਸ਼ਿਵ ਜੀ ਅਤੇ ਗਿਰਜਾ ਦੋਵਾਂ ਦੇ ਚਰਨਾਂ ਦੀ ਪੂਜਾ ਕੀਤੀ। ਦੋਵੇਂ ਪਾਸਿਆਂ ਦੇ ਸੇਵਕਾਂ ਨੂੰ ਉਸ ਸਮੇਂ ਇੰਨਾ ਇਨਾਮ ਦਿੱਤਾ ਗਿਆ ਕਿ ਉਹ ਸਭ ਤ੍ਰਿਪਤ ਹੋ ਗਏ। ਵਿਆਹ ਹੋ ਜਾਣ ਦੇ ਬਾਅਦ ਸ਼ਿਵ ਅਤੇ ਗਿਰਜਾ ਨੂੰ ਇੱਕ ਸੋਨੇ ਦੇ ਆਸਣ 'ਤੇ ਬਿਠਾਇਆ ਗਿਆ ਅਤੇ ਜੋ ਰੀਤੀਆਂ ਬਾਕੀ ਰਹਿ ਗਈਆਂ ਸਨ ਉਹਨਾਂ ਨੂੰ ਮੈਂ ਪੁਰੋਹਿਤ ਨਾਲ ਰਲ ਕੇ ਪੂਰਾ ਕਰਾਇਆ। ਫਿਰ ਸ਼ਿਵ ਜੀ ਨੇ ਮੇਰੀ ਆਗਿਆ ਅਨੁਸਾਰ ਗਿਰਜਾ ਦੇ ਮੱਥੇ 'ਤੇ ਸਿੰਦੂਰ ਲਗਾਇਆ। ਉਸ ਸਮੇਂ ਮੈਂ ਅਤੇ ਪੁਰੋਹਿਤ ਨੇ ਵੀ ਆਪਣਾ ਆਪਣਾ ਇਨਾਮ ਪ੍ਰਾਪਤ ਕਰਕੇ ਦੋਵਾਂ ਨੂੰ ਆਸ਼ੀਰਵਾਦ ਦਿੱਤਾ। ਹੇ ਪੁੱਤਰ, ਸ਼ਿਵ ਅਤੇ ਪਾਰਵਤੀ ਦੇ ਵਿਆਹ ਦਾ ਇਹ ਸੁੱਖ 3 ਲੋਕਾਂ ਵਿੱਚ ਭਰ ਗਿਆ। ਫਿਰ ਇਸਤਰੀਆਂ ਸ਼ਿਵ ਜੀ ਨੂੰ ਫੇਰਪੁਰ ਵਿੱਚ ਲੈ ਗਈਆਂ। ਉੱਥੇ ਜੋ ਵੀ ਰੀਤੀਆਂ ਹੋਣ ਵਾਲੀਆਂ ਸਨ ਉਹਨਾਂ ਸਭ ਨੂੰ ਸ਼ਿਵ ਜੀ ਨੇ ਖੁਸ਼ੀ ਨਾਲ ਕੀਤਾ। ਦੂਜੇ ਦਿਨ ਵੀ ਹਿਮਾਚਲ ਨੇ ਬਰਾਤ ਨੂੰ ਰੋਕੀ ਰੱਖਿਆ ਅਤੇ ਉਸ ਦਿਨ ਵੀ ਉਸਨੇ ਪੂਰੀ ਬਰਾਤ ਦਾ ਬਹੁਤ ਆਦਰ ਸਤਿਕਾਰ ਕੀਤਾ। ਤੀਜੇ ਦਿਨ ਹਿਮਾਚਲ ਨੇ ਬਹੁਤ ਪਿਆਰ ਵਿੱਚ ਆ ਕੇ ਸ਼ਿਵ ਜੀ ਨੂੰ ਪ੍ਰਣਾਮ ਕੀਤਾ ਅਤੇ ਗਿਰਜਾ ਦਾ ਹੱਥ ਉਸਦੇ ਹੱਥ ਵਿੱਚ ਦੇ ਕੇ ਬਰਾਤ ਨੂੰ ਵਿਦਾ ਕੀਤਾ। ਹਿਮਾਚਲ ਦੇ ਨਗਰ ਤੋਂ ਵਿਦਾ ਹੋ ਕੇ ਬਰਾਤ ਕੈਲਾਸ਼ ਪਰਬਤ 'ਤੇ ਜਾ ਪੁੱਜੀ। ਉੱਥੇ ਵੀ ਕਈ ਤਰ੍ਹਾਂ ਦੇ ਉਤਸਵ ਪ੍ਰੋਗਰਾਮ ਹੋਏ। ਉਸ ਤੋਂ ਬਾਅਦ ਸਭ ਦੇਵਤੇ ਸ਼ਿਵ ਜੀ ਤੋਂ ਵਿਦਾ ਲੈ ਕੇ ਆਪਣੇ ਆਪਣੇ ਘਰ ਪਰਤ ਗਏ। ਮੈਂ ਅਤੇ ਵਿਸ਼ਨੂੰ ਜੀ ਆਪਣੇ ਆਪਣੇ ਲੋਕ ਨੂੰ ਪਰਤ ਆਏ। ਸ਼ਿਵ ਜੀ ਅਤੇ ਗਿਰਜਾ ਦੇ ਵਿਆਹ ਦੇ ਮੌਕੇ ਦਾ ਵਰਣਨ ਕਰਦੇ ਹੋਏ ਸਭ ਲੋਕ ਬਹੁਤ ਖੁਸ਼ ਹੁੰਦੇ ਸਨ। ਇਤੀ ਅਧਿਆਇ 28 ਸਮਾਪਤ।